ਹਾਂਜੀ, ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਮੈਂ ਤੁਹਾਡਾ ਦੋਸਤ ਮਠਾੜੂ ਸਾਡੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ। ਅਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਮੋਦੀ ਸਰਕਾਰ ਜਿਹੜੀ ਕਿਸਾਨਾਂ ਲਈ ਅਤੇ ਹੋਰ ਦੂਜੇ ਭਰਾਵਾਂ ਲਈ ਜਿਹੜੀ ਕੋਈ ਨਾ ਕੋਈ ਸਕੀਮ ਲੈ ਕੇ ਆਉਂਦੀ ਰਹਿੰਦੀ ਹੈ, ਜਿਸ ਦਾ ਕਈਆਂ ਨੂੰ ਤਾਂ ਫਾਇਦਾ ਹੋ ਜਾਂਦਾ ਅਤੇ ਕਈ ਜਿਹੜੀਆਂ ਸਕੀਮਾਂ ਹੁੰਦੀਆਂ ਉਹ ਫੇਲ ਹੋ ਜਾਂਦੀਆਂ। ਅਤੇ ਅੱਜ ਹੀ ਅਜਿਹੀ ਹੀ ਇੱਕ ਸਕੀਮ ਲੈ ਕੇ ਆਏ ਹਾਂ ਤੁਹਾਡੇ ਲਈ, ਜਿਸ ਦੇ ਤਹਿਤ ਜਦੋਂ ਤੁਹਾਡੇ 60 ਸਾਲ ਹੋ ਜਾਣਗੇ ਤਾਂ ਤੁਹਾਨੂੰ ਜਿਹੜਾ 72,000 ਰੁਪਏ ਜਿਹੜਾ ਪੈਨਸ਼ਨ ਮਿਲਿਆ ਕਰੂਗੀ। ਇਸ ਜਿਹੜੀ ਪੂਰੀ ਸਕੀਮ ਬਾਰੇ ਤੁਹਾਨੂੰ ਜਾਣਕਾਰੀ ਅਸੀਂ ਵੀਡੀਓ ਵਿੱਚ ਦੇਵਾਂਗੇ, ਇਸ ਲਈ ਆਪਣੇ ਨਾਲ ਜੁੜੇ ਰਹੋ। ਅਤੇ ਜਿਹੜੇ ਵੀ ਚੈਨਲ 'ਤੇ ਨਵੇਂ ਜੁੜੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗੇ ਬੈਲ ਦੇ ਇੱਕ ਉਨਵੀਂ ਦਬਾ ਦਿਓ ਤਾਂ ਕਿ ਜਿਹੜੀ ਆਪਾਂ ਅੱਗੇ ਤੋਂ ਨਵੀਂ ਵੀਡੀਓ ਪਾਵਾਂਗੇ ਜੀ ਉਸਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੂਗੀ। ਅਤੇ ਇਸ ਜਿਹੜੀ ਸਕੀਮ ਬਾਰੇ ਤੁਹਾਨੂੰ ਇੱਕ ਹੋਰ ਖਾਸ ਗੱਲ ਦੱਸਦਾ ਕਿ ਜਿਹੜੇ ਲੋਕ ਵਿਆਹੇ ਹੋਏ ਆ ਉਹਨਾਂ ਲਈ ਇਹ ਜਿਹੜੀ ਸਕੀਮ ਬਹੁਤ ਹੀ ਫਾਇਦੇਮੰਦ ਸਾਬਿਤ ਹੋ ਸਕਦੀ। ਇਸ ਲਈ ਸਾਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ। ਅਤੇ ਗੱਲਬਾਤ ਕਰਦੇ ਹਾਂ ਜੀ ਇਸ ਸਕੀਮ ਬਾਰੇ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਹਾਲ ਹੀ ਵਿੱਚ 2 ਸੋਸ਼ਲ ਸਿਕਿਉਰਿਟੀ ਸਕੀਮ ਲਾਂਚ ਕੀਤੀ ਹੈ, ਜਿਸ ਵਿੱਚ ਇੱਕ ਕਪਲ ਹਰ ਮਹੀਨੇ 200 ਰੁਪਏ ਨਿਵੇਸ਼ ਕਰਕੇ 72,000 ਰੁਪਏ ਦੀ ਪੈਨਸ਼ਨ ਪਾ ਸਕਦਾ ਹੈ। ਦੱਸ ਦਈਏ ਕਿ ਮੋਦੀ ਸਰਕਾਰ ਨੇ ਇਸ ਨਾਲ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਲਈ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਅਤੇ ਕਾਰੋਬਾਰੀਆਂ ਅਤੇ ਆਪਣਾ ਵਪਾਰ ਕਰਨ ਵਾਲਿਆਂ ਲਈ ਪੈਨਸ਼ਨ ਸਕੀਮ ਦੀ ਲਾਂਚ ਕੀਤੀ ਸੀ। ਇਸ ਸਕੀਮ ਦੇ ਤਹਿਤ ਰਜਿਸਟ੍ਰੇਸ਼ਨ ਲਈ ਸਿਰਫ ਆਧਾਰ ਕਾਰਡ ਅਤੇ ਬੱਚਤ ਖਾਤਾ ਜਾਂ ਜਨਧਨ ਖਾਤੇ ਦੀ ਹੀ ਲੋੜ ਹੈ। ਇਹਨਾਂ ਯੋਜਨਾਵਾਂ ਲਈ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਸਿਰਫ 2-3 ਮਿੰਟ ਲੱਗਦੇ ਹਨ। ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਦੀ ਉਮਰ ਦੇ ਹਿਸਾਬ ਨਾਲ ਪ੍ਰਤੀ ਮਹੀਨਾ ਕਿਸ਼ਤ ਨੂੰ 55-200 ਰੁਪਏ ਦੇ ਵਿੱਚ ਰੱਖਿਆ ਗਿਆ ਹੈਗਾ। ਜਿਵੇਂ ਕਿ ਮੰਨ ਲਓ ਤੁਹਾਡੀ ਉਮਰ ਜਿਹੜੀ ਹੈਗੀ ਹੈ ਜੀ 21-22 ਸਾਲ ਹੈਗੀ ਹੈ, ਤਾਂ ਤੁਸੀਂ ਉਸ ਵਿੱਚ ਹਰ ਮਹੀਨੇ 55,000 ਰੁਪਏ ਨਿਵੇਸ਼ ਕਰਨੇ। ਇਹ ਜਿਹੜੇ ਤੁਹਾਡੇ ਪੈਸੇ ਨਿਵੇਸ਼ ਕਰਨੇ ਜੀ, ਇਹ ਤੁਹਾਡੀ ਉਮਰ 'ਤੇ ਨਿਰਭਰ ਕਰਦਾ। ਜੇ ਤੁਹਾਡੀ ਉਮਰ 30 ਸਾਲ ਹੈ ਤਾਂ ਤੁਹਾਨੂੰ 100 ਰੁਪਏ ਜਿਹੜੇ ਪ੍ਰਤੀ ਮਹੀਨੇ ਦੇਣੇ ਹੋਣਗੇ। ਇਸ ਤਰ੍ਹਾਂ ਵਿਅਕਤੀ 1 ਸਾਲ ਵਿੱਚ 1200 ਰੁਪਏ ਅਤੇ ਪੂਰੇ ਸਮੇਂ ਦੌਰਾਨ 36,000 ਰੁਪਏ ਦਾ ਯੋਗਦਾਨ ਪਾਵੇਗਾ। ਹਾਲਾਂਕਿ ਜਦੋਂ ਉਹ 60 ਸਾਲ ਦਾ ਹੋ ਜਾਵੇਗਾ ਤਾਂ ਉਸ ਨੂੰ ਸਾਲਾਨਾ ਜਿਹੜੇ 36,000 ਰੁਪਏ ਮਿਲਣਗੇ। ਅਤੇ ਉੱਥੇ ਹੀ ਵਿਅਕਤੀ ਦੀ ਮੌਤ ਤੋਂ ਬਾਅਦ ਉਸਦੇ ਜੀਵਨ ਸਾਥੀ ਨੂੰ 50% 1500 ਰੁਪਏ ਪ੍ਰਤੀ ਮਹੀਨਾ ਜਿਹੜਾ ਪੈਨਸ਼ਨ ਮਿਲਦੀ ਰਹੇਗੀ। ਜੇਕਰ ਪਤਨੀ ਦੋਵੇਂ ਯੋਜਨਾ ਦੇ ਪਾਤਰ ਹਨ ਅਤੇ ਦੋਵੇਂ ਇਸ ਨੂੰ ਚੁਣ ਸਕਦੇ ਹਨ, ਅਜਿਹੇ ਵਿੱਚ 60 ਸਾਲ ਦਾ ਹੋਣ ਤੋਂ ਬਾਅਦ ਉਹਨਾਂ ਨੂੰ ਸੰਯੁਕਤ ਤੌਰ 'ਤੇ ਪ੍ਰਤੀ ਮਹੀਨੇ 6,000 ਰੁਪਏ ਮਿਲਣਗੇ। ਯੋਜਨਾ ਦਾ ਲਾਭ ਉਹਨਾਂ ਸਾਰੇ ਕਾਰੋਬਾਰੀਆਂ ਨੂੰ ਮਿਲੇਗਾ ਜਿਨ੍ਹਾਂ ਦਾ GST ਦੇ ਤਹਿਤ ਸਾਲਾਨਾ ਟਰਨਓਵਰ 1.5 ਕਰੋੜ ਰੁਪਏ ਤੋਂ ਘੱਟ ਹੈ। 60 ਸਾਲ ਦੀ ਉਮਰ ਪਾਰ ਹੋਣ ਤੋਂ ਬਾਅਦ ਕਾਰੋਬਾਰੀਆਂ ਜਾਂ ਉਸਦਾ ਪਰਿਵਾਰ ਘੱਟੋ ਘੱਟ 3,000 ਰੁਪਏ ਮਾਸਿਕ ਜਿਹੜਾ ਪੈਨਸ਼ਨ ਦਾ ਹੱਕਦਾਰ ਹੋਵੇਗਾ। ਦੱਸ ਦਈਏ ਕਿ 1.5 ਕਰੋੜ ਰੁਪਏ ਸਾਲਾਨਾ ਤੋਂ ਘੱਟੋ ਘੱਟ ਰਕਮ ਦਾ ਕਾਰੋਬਾਰ ਕਰਨ ਵਾਲੇ ਸਾਰੇ ਦੁਕਾਨਦਾਰ, ਸਵੈ-ਰੁਜ਼ਗਾਰ ਕਰਨ ਵਾਲੇ ਲੋਕਾਂ ਅਤੇ ਖੁਦਰਾ ਕਾਰੋਬਾਰੀ ਜਿਨ੍ਹਾਂ ਦੀ ਉਮਰ 18-40 ਸਾਲ ਦੇ ਵਿਚਕਾਰ ਹੈ, ਉਹ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਅਤੇ ਹੁਣ ਤੁਹਾਨੂੰ ਦੱਸ ਦਿਆਂ ਜੀ ਇਹ ਜਿਹੜੀ ਸ਼੍ਰਮ ਯੋਗੀ ਜਿਹੜੀ ਮਾਨਧਨ ਯੋਜਨਾ ਹੈਗੀ ਹੈ ਕੀ ਹੈ ਕਿ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਜਿਹੜੀ ਅਸੰਗਠਿਤ ਖੇਤਰ ਕਰਮਚਾਰੀਆਂ ਦੀ ਰਿਟਾਇਰਮੈਂਟ ਸੇਫਟੀ ਅਤੇ ਸਮਾਜਿਕ ਸੁਰੱਖਿਆ ਲਈ ਹੈ, ਜਿਸ ਵਿੱਚ ਜ਼ਿਆਦਾਤਰ ਰਿਕਸ਼ਾ ਚਾਲਕ, ਸਟਰੀਟ ਵੈਡਰ, ਮਿਡ ਡੇ ਮੀਲ ਵਰਕਰ, ਹੈੱਡ ਹੋਲਡਰ, ਇੱਟਾਂ ਦੇ ਭੱਠਿਆਂ 'ਤੇ ਕੰਮ ਕਰਨ ਵਾਲੇ ਅਤੇ ਘਰੇਲੂ ਵਰਕਰ, ਵਾਸ਼ਰਮੈਨ, ਘਰ ਕੰਮ ਕਰਨ ਵਾਲੇ ਅਤੇ ਖੇਤੀਬਾੜੀ ਕਾਮੇ ਆਦਿ ਸ਼ਾਮਿਲ ਹਨ। ਅਤੇ ਇਸ ਸਕੀਮ ਦੇ ਯੋਗ ਹੋਣ ਲਈ ਜਿਹੜੀਆਂ ਸ਼ਰਤਾਂ ਨੂੰ ਪੂਰਾ ਕਰਨਾ ਪਵੇਗਾ ਉਸ ਬਾਰੇ ਤੁਹਾਨੂੰ ਦੱਸਦਿਆਂ ਜੀ,
ਪਹਿਲੀ ਗੱਲ ਤਾਂ ਅਸੰਗਠਿਤ ਸੈਕਟਰ ਦਾ ਕਰਮਚਾਰੀ ਹੋਣਾ ਜ਼ਰੂਰੀ ਹੈ ਜੀ, ਅਤੇ ਉਮਰ ਜਿਹੜੀ 18 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ, ਅਤੇ ਜਿਹੜੀ ਮਾਸਿਕ ਆਮਦਨ ਹੈਗੀ ਹੈ ਜੀ 15,000 ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਇਹ ਸੀਗੀਆਂ ਜੀ ਇਸ ਸਕੀਮ ਨੂੰ ਪਾਉਣ ਲਈ ਸ਼ਰਤਾਂ, ਇਸ ਦੇ ਲਈ ਕਿਵੇਂ ਅਪਲਾਈ ਕਰ ਸਕਦੇ ਹੋ ਤੁਹਾਨੂੰ ਦੱਸ ਦਿੱਤਾ ਜੀ, ਅਤੇ ਸਾਰਾ ਬਿਓਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇ ਦਿੱਤਾ। ਅਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ ਹੋਰ ਵੀ ਕੋਈ ਕਿਸਾਨ ਵੀਰ ਭਰਾ ਇਸ ਸਕੀਮ ਦਾ ਫਾਇਦਾ ਲੈ ਸਕੇ। ਅਤੇ ਅਸੀਂ ਹਾਜ਼ਰ ਨੇ ਤੁਹਾਡੇ ਲਈ ਕਿਸੇ ਹੋਰ ਜਾਣਕਾਰੀ ਨਾਲ, ਹੋਣ ਦੇ ਲਈ ਇੰਨਾ ਹੀ, ਧੰਨਵਾਦ ਦੋਸਤੋ।